ਮਾਲਕ ਨੂੰ ਜੇ ਕਿਸੇ ਨੇ ਵੇਖਣਾ ਹੈ ਤੇ ਉਹਦੀ ਕੁਦਰਤ ਵਿੱਚੋਂ ਜਾਣਿਆ ਜਾਂਦਾ ਹੈ। ਸੱਟੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋਆ। ਆਖਿਆ ਉਹ ਸੱਚੇ ਪਰਮਾਤਮਾ ਨੂੰ ਦੂਰ ਨਾ ਭਾਲੀਐ, ਕਿਧਰੇ ਜੰਗਲ ਵੀ ਜਾਣ ਦੀ ਲੋੜ ਨਹੀਂ, ਕੋਈ ਸਿਰ ਦੇ ਵਿੱਚ ਸਵਾਹ ਪਾਉਣ ਦੀ ਲੋੜ ਨਹੀਂ, ਨਾ ਹੀ ਜਟਾ ਬਣਾਉਣ ਦੀ ਲੋੜ ਹੈ, ਬਲਕਿ ਇਸ ਸੰਸਾਰ ਵਿੱਚ ਰਹਿ ਕੇ ਬਾਬੇ ਨਾਨਕ ਦੇ ਦੱਸੇ ਹੋਏ ਤਰੀਕੇ ਨਾਲ ਚੱਲਣਾ ਪਵੇ। ਬਾਬੇ ਨਾਨਕ ਜੀ ਨੇ ਫਰਮਾਇਆ, ਅੰਜਨ ਮਾਹੇ ਨਿਰੰਜਨ ਰਹੀਐ, ਅੰਜਨ ਮਾਹੇ ਨਿਰੰਜਨ ਰਹੀਐ। ਆਖਿਆ ਦੁਨੀਆਂ ਦੇ ਲੋਕੋ ਐਵੇਂ ਭਟਕੋ ਨਾ, ਨਾ ਇਹਨਾਂ ਜੋਗੀਆਂ ਦੇ, ਨਾ ਇਹਨਾਂ ਭਗਵਿਆਂ ਦੇ, ਨਾ ਇਹ ਫਲਾਣੇ, ਮਤ ਭਟਕੋ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਭਗਵੀ ਕੱਪੜੀ। ਇਹਨੂੰ ਥੋੜ੍ਹਾ ਬਿੰਦਾ ਲਾ ਕੇ ਭਗਵੀ ਕੱਪੜੀ ਪੜ੍ਹਨਾ ਪਵੇਗਾ। ਯੋਗ ਦਾ ਮਤਲਬ ਹੈ ਜੁੜਨਾ, ਯੋਗੀ ਦਾ ਮਤਲਬ ਹੈ ਜੁੜਿਆ ਹੋਇਆ। ਸਿਰਫ ਭਗਵੇ ਕੱਪੜਿਆਂ ਨਾਲ ਜਾਂ ਮੈਲਾ ਵੇਸ ਕਰਨ ਨਾਲ ਯੋਗੀ ਨਹੀਂ ਬਣਿਆ ਜਾ ਸਕਦਾ। ਯੋਗ ਨਾ ਭਗਵੀ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕਹਿ ਉਪਦੇਸ਼। ਹੁਣ ਸਤਿਗੁਰ ਦਾ ਉਪਦੇਸ਼ ਸੁਣ ਲਓ। ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ। ਫਿਰ ਆਖਿਆ ਉਸ ਪਰਮਾਤਮਾ ਨੂੰ, ਸੱਚੜਾ ਦੂਰ ਨਾ ਭਾਲੀਐ, ਉਹਨੂੰ ਦੂਰ ਨਾ ਲੱਭਣ ਜਾਓ, ਉਹ ਤਾਂ ਤੁਹਾਡੇ ਅੰਦਰ ਬੈਠਾ। ਘੱਟ ਘੱਟ ਸ਼ਬਦ ਪਛਾਣੋਵਾ, ਘੱਟ ਦੇ ਟੈਕੇ ਨੂੰ ਸਿਹਾਰੀ ਹੈ। ਘੱਟ ਘੱਟ ਵਿੱਚ ਘੱਟ ਘੱਟ ਮੈਂ ਹਰ ਜੂ ਬਸੈ, ਹਰ ਹਿਰਦੇ ਦੇ ਅੰਦਰ, ਹਰ ਸਰੀਰ ਦੇ ਅੰਦਰ ਬੈਠਾ। ਇਹ ਠੀਕ ਹੈ, ਜਿਨ੍ਹਾਂ ਨੇ ਦੇਖਿਆ, ਜਿਨ੍ਹਾਂ 'ਤੇ ਕਿਰਪਾ ਹੋ ਗਈ, ਉਹਨਾਂ ਨੇ ਬਾਂਹ ਉਲਾਰ ਕੇ ਆਖਿਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ ਕੋਈ। ਸਤਸੰਗ, ਮੇਰੇ ਸਾਹਮਣੇ ਜਿਹੜਾ ਮਿਸ਼ਨ ਹੈ ਉਹਨੂੰ ਨੇਪਰੇ ਚੜਾਉਣਾ ਮੇਰੇ ਲਈ ਬਹੁਤ ਜ਼ਰੂਰੀ ਹੁੰਦਾ। ਮੈਂ ਬਹੁਤ ਲੋਕਾਂ ਦੀਆਂ ਗੱਲਾਂ ਸੁਣਦਾ, ਕੋਈ ਆਉਂਦਾ ਜੀ ਆਹ ਕਰਿਓ, ਉਹ ਕਿਉਂ, ਮੈਂ ਹੱਥ ਜੋੜਦਾ, ਨਾ ਕਿਹਾ ਕਰੋ। ਉਹ ਗੱਲਾਂ ਮੇਰੇ 'ਤੇ ਬੜਾ ਅਸਰ ਕਰਦੀਆਂ ਨੇ, ਉਹ ਨਾ ਕਿਹਾ ਕਰੋ। ਇੱਥੇ ਦੇ ਜੋ ਗੁਰੂ ਕੋ ਹੈ ਉਹੀ ਕਹਿ ਦਿਆ ਕਰੋ ਅਤੇ ਉਹੀ ਸੁਣ ਦਿਆ ਕਰੋ। ਪਾਤਸ਼ਾਹ ਜੀ ਕਹਿ ਰਹੇ ਨੇ, ਸੱਚੜਾ ਦੂਰ ਨਾ ਭਾਲੀਐ, ਉਹ ਸੱਚੇ ਪਰਮਾਤਮਾ ਨੂੰ ਕਿਧਰੇ ਦੂਰ ਲੱਭਣ ਜਾਣ ਦੀ ਲੋੜ ਨਹੀਂ। ਘੱਟ ਘੱਟ ਸ਼ਬਦ ਪਛਾਣੋਵਾ। ਆਹ ਜਿਹੜਾ ਮੈਂ ਬੋਲ ਰਿਹਾ ਨਾ, ਇਹ ਉਹਦੇ ਕਰਕੇ ਬੋਲ ਰਿਹਾ। ਜੇ ਤੁਸੀਂ ਸੁਣ ਰਹੇ ਹੋ ਤਾਂ ਉਹਦੇ ਕਰਕੇ ਬੋਲ ਰਹੇ ਹੋ। ਇਦੋਂ ਵੱਧ ਹੋਰ ਕੀ ਪ੍ਰਮਾਣ ਦਿੱਤਾ ਜਾ ਸਕਦਾ? ਉਹ ਜਿਹਦੇ ਵਿੱਚੋਂ ਉਹਦੀ ਜੋਤ ਨਿਕਲ ਜਾਏ, ਫਿਰ ਉਹ ਜ਼ਰਾ ਬੋਲ ਕੇ ਵਿਖਾਏ, ਫਿਰ ਉਹ ਸੁਣ ਕੇ ਵਿਖਾਏ। ਇਦੋਂ ਵੱਡੀ ਹੋਰ ਦਲੀਲ ਕਿਹੜੀ ਦਿੱਤੀ ਜਾਏ? ਕੋਈ ਦਲੀਲ ਦੇਣ ਦੀ ਲੋੜ ਨਹੀਂ। ਘੱਟ ਘੱਟ ਸ਼ਬਦ ਪਛਾਣੋਵਾ। ਇੱਥੇ ਸ਼ਬਦ ਦੇ ਅਰਥ ਉਹਦਾ ਹੁਕਮ ਵੀ ਹੈ, ਉਹਦਾ ਵਰਤਣਾ ਵੀ ਹੈ। ਕਿਉਂਕਿ ਬਾਣੀ ਵਿੱਚ ਸ਼ਬਦ ਅੱਖਰ ਕਈ ਰੂਪਾਂ ਵਿੱਚ ਆਉਂਦਾ। ਕਈ ਵਿਚਾਰੇ ਇੱਥੇ ਉਲਝ ਜਾਂਦੇ ਨੇ, ਉਹ ਜੀ ਸ਼ਬਦ ਪੜ੍ਹੀਏ ਕਿ ਸ਼ਬਦ ਪੜ੍ਹੀਏ। ਅਰੇ ਕੋਈ ਐਸੀ ਝੰਝਟ ਵਾਲੀ ਗੱਲ ਨਹੀਂ, ਅਤੇ ਬੋਲੀ ਦੋਸ਼ ਹੈ। ਮੈਂ ਸਵੇਰੇ ਸ਼ਾਹਬਾਦ ਹੁੰਦਾ ਅਤੇ ਰਾਤ ਨੂੰ ਅੰਮ੍ਰਿਤਸਰ ਆ ਜਾਂਦਾ, ਫਿਰ ਅਗਲੇ ਦਿਨ ਦਿੱਲੀ ਚਲਾ। ਮੈਂ ਵੱਖ ਵੱਖ ਬੋਲੀਆਂ ਸੁਣਦਾ। ਜਿਹੜੇ ਗੁਰਦਾਸਪੁਰ ਵਾਲੇ ਨੇ ਉਹ ਸ਼ਸ਼ਾ ਬੋਲਦੇ ਨੇ, ਜਿਹੜੇ ਅੰਮ੍ਰਿਤਸਰ ਵਾਲੇ ਨੇ ਥੋੜ੍ਹਾ ਜਿਹਾ ਹੋਰ ਫਰਕ ਪਾਉਂਦੇ ਨੇ, ਦੁਆਬੇ ਵਾਲੇ। ਕੋਈ ਫਰਕ ਨਹੀਂ ਹੈਗਾ। ਸ਼ਬਦ ਸ਼ਬਦ ਕਿੰਨਾ ਕੁ ਫਰਕ ਹੁੰਦਾ? ਅਰਥਾਂ 'ਚ ਅਨਰਥ ਨਹੀਂ ਹੋਣਾ ਚਾਹੀਦਾ। ਤੋ ਇਸ ਲਈ ਘੱਟ ਘੱਟ ਸ਼ਬਦ ਪਛਾਣੋ ਵਾ।
ਹਰ ਘੱਟ ਦੇ ਅੰਦਰ ਉਸਦਾ ਹੁਕਮ ਵਰਤ ਰਿਹਾ, ਹਰ ਘੱਟ ਦੇ ਅੰਦਰ ਉਹ ਬੈਠਾ ਹੋਇਆ। ਬਸ ਗੁਰਦੇਵ ਕਹਿੰਦੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ, ਆਪਣੇ ਅੰਦਰ ਵੇਖੋ। ਗੁਰੂ ਤੇਗ ਬਹਾਦਰ ਜੀ ਨੇ ਤੇ ਕਮਾਲ ਹੀ ਕਰ ਦਿੱਤੀ, ਆਖਿਆ ਜਨ ਨਾਨਕ ਬਿਨ ਆਪਾ ਚੀਨੇ, ਜਨ ਨਾਨਕ ਬਿਨ ਆਪਾ ਚੀਨੇ, ਜਨ ਨਾਨਕ ਬਿਨ ਮਿਟੇ ਨਾ ਭਰਮ ਕੀ ਕਾਈ, ਮਿਟੇ ਨਾ ਭਰਮ ਕੀ ਕਾਈ। ਬਾਹਰ ਭੀਤਰ ਏਕੋ ਜਾਨੋ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਇਹ ਗੁਰ ਗਿਆਨ ਬਤਾਈ, ਲਓ ਅਗਲੀ ਪੰਕਤੀ ਧਿਆਨ ਨਾਲ ਸੁਣੋ ਜੀ। ਸਤ ਸ਼ਬਦ ਪਛਾਣੋ ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ। ਉਹ ਸੱਚੇ ਦੇ ਸ਼ਬਦ ਨੂੰ ਪਛਾਣੋ, ਹੁਕਮ ਨੂੰ ਪਛਾਣੋ। ਇੱਥੇ ਹੁਣ ਸ਼ਬਦ ਦਾ ਅਰਥ ਹੁਕਮ ਹੋ ਗਿਆ, ਇਹੀ ਸ਼ਬਦ ਬਾਣੀ ਦਾ ਸ਼ਬਦ ਵੀ ਹੈ, ਜੋ ਮੈਂ ਬੋਲਦਾ ਉਹ ਵੀ ਸ਼ਬਦ ਹੈ। ਇਹ ਬਾਣੀ ਪੜ੍ਹਿਆ ਪਤਾ ਲੱਗਦਾ ਹੈ, ਪਾਤਸ਼ਾਹ ਕਹਿੰਦੇ ਨੇ ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਤੋ ਹੋਈ। ਸਾਰੇ ਸੰਸਾਰ ਦੇ ਅੰਦਰ ਉਹਦਾ ਹੁਕਮ ਵਰਤ ਰਿਹਾ। ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ ਭਾਈ, ਹੁਕਮ ਨੂੰ ਪਛਾਣੋ। ਜਿਹੜਾ ਹੁਕਮ ਨੂੰ ਪਛਾਣ ਲਏਗਾ ਉਹਦੀ ਹਉਮੈ ਮੁੱਕ ਜਾਏਗੀ। ਰੋਜ਼ ਤੁਸੀਂ ਪੜ੍ਹਦੇ ਹੋ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ। ਜੇ ਬੁਝੈ, ਪੜ੍ਹੇ ਨਹੀਂ ਸੁਣੇ ਨਹੀਂ ਬੁਝੈ, ਤਾਂ ਹੋਮੇ ਕਹਿ ਨਾ ਕੋਏ, ਉਹਦੀ ਹੋਮੇ ਮੁੱਕ ਜਾਏ। ਅਤੇ ਹੋਮੇ ਦੀ ਸਾਰੇ ਪੁਆੜੇ ਨੇ, ਹੋਮੇ ਨੇ ਤੁਹਾਨੂੰ ਰੱਬ ਤੋਂ ਦੂਰ ਕੀਤਾ ਹੋਇਆ। ਤਾਂ ਗੁਰੂ ਪਾਤਸ਼ਾਹ ਕਹਿਣ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ। ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਨਾ, ਉਹਨੂੰ ਦੂਰ ਨਾ ਪਛਾਣੋ, ਉਹਨੂੰ ਤੇ ਘੱਟ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਉਹਨੂੰ ਹਾਜ਼ਰ ਨਾਜ਼ਰ ਸਮਝਣਾ ਕਰੋ। ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ। ਜਿਹੜਾ ਭਾਈ ਉਸ ਪਰਮੇਸ਼ੁਰ ਦੇ ਨਾਮ ਨੂੰ ਧਿਆਏਗਾ, ਸਿਮਰਨ ਕਰੇਗਾ, ਯਾਦ ਰੱਖੇਗਾ। ਅੱਜ ਸਿਮਰਨ ਦੀ ਪੱਤੀ ਉੱਤੇ ਵੀ ਬੜਾ ਉਲਝੇਵਾਂ ਪੈਦਾ ਹੋ ਗਿਆ, ਸਿਮਰਨ ਕਿਵੇਂ ਕਰੀਏ। ਮੈਂ ਤਾਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਭਾਈ, ਉਠਤ ਬੈਠਤ ਸੋਵਤ ਅਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਹਰ ਵੇਲੇ ਉਸ ਨੂੰ ਗਾਓ। ਗੁਰੂ ਅਮਰਦਾਸ ਜੀ ਨੂੰ ਪੁੱਛੋ ਤੇ ਕਮਾਲ ਹੀ ਕਰ ਦਿੰਦੇ। ਉਹ ਆਂਦੇ ਨੇ ਮੈਂ ਤੁਹਾਨੂੰ ਸਿਮਰਨ ਦੀ ਜਾਚ ਦੱਸਾਂ, ਜੇ ਤੁਸੀਂ ਸੱਚਮੁੱਚ ਸਿਮਰਨ ਕਰਨਾ ਚਾਹੁੰਦੇ ਹੋ ਤੇ ਮੈਂ ਦੱਸ ਦੇਣਾ। ਇਹ ਮੈਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰੂ ਅਮਰਦਾਸ ਦੇ ਬਚਨਾਂ ਤੋਂ ਲੱਭਿਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਗੁਰੂ ਅਮਰਦਾਸ ਜੀ ਕਹਿੰਦੇ, ਜੇ ਤੁਸੀਂ ਸਿਮਰਨ ਕਰਨਾ ਤੇ ਤਿੰਨ ਭੱਬੇ ਯਾਦ ਕਰ ਲਓ। ਪੈ ਵਿੱਚ ਬੈਸੈ ਪੈ ਰਹੇ, ਪੈ ਵਿੱਚ ਕਮਾਵੇ ਕਾਰ, ਜਿੱਥੇ ਬੈਠੋ ਉਹਦੇ ਪੈ ਵਿੱਚ ਬੈਠੋ, ਜਿੱਥੇ ਰਹੋ ਉਹਦੇ ਪੈ ਵਿੱਚ ਰਹੋ। ਜਿਹੜੀ ਕਾਰ, ਜਿਹੜੀ ਉਪਜੀਵਕਾ ਦੀ ਕਿਰਤ ਤੁਹਾਡੇ ਜਿੰਮੇ ਲੱਗ ਗਈ ਹੈ, ਉਹਨੂੰ ਪੈ ਵਿੱਚ ਕਰੋ। ਇਹ ਸਿਮਰਨ, ਜੇ ਉਹ ਸਿਮਰਨ ਜਿਹੜਾ ਸੌਂਦੇ ਵਾਹ ਵਾਹ ਉੱਚਰੈ, ਸੌਂਦੇ ਵਾਹ ਵਾਹ ਉੱਚਰੈ, ਸੌਂਦੇ ਉੱਠਦੇ ਵੀ ਵਾਹ ਕਰੇਣ,
उठदे भी वाह करें। नानक ते मुख उजले जे नित उठ संभाले। भाई बहुता कुछ नहीं ना याद कर सकते, कोई गल नहीं। आ बाबे दियां तीन गल्लां याद कर लो। पै विच बैसै पै रहे, पै विच बैसै पै रहे। पै विच कमावै कार, पै विच कमावै कार। ਇਹ ਮੈਂ ਸਮਝਦਾ ਸਾਡਾ ਸੁਭਾਅ ਹੈ ਨਿਆਣਿਆਂ ਵਰਗਾ, ਬੱਚਿਆਂ ਵਰਗਾ। ਅਸੀਂ ਇਹਨਾਂ 'ਚ ਫਿਰ ਕੀ ਹੋ ਜਾਏਗਾ, ਇਹ ਸਾਡੀ ਆਦਤ ਹੈਗੀ। ਜਿਵੇਂ ਮਾਂ ਕਹੇ ਨਾ ਪੁੱਤਰ ਨੂੰ, ਬੇਟਾ ਕੰਮ, ਮੰਮੀ ਫਿਰ ਕੀ ਦਿਓਗੇ, ਫਿਰ ਕੀ ਮਿਲੇਗਾ, ਇਹ ਸਾਡਾ ਸੁਭਾਅ ਹੈ। ਅਤੇ ਗੁਰੂ ਅਮਰਦਾਸ ਜੀ ਜਾਣਦੇ ਨੇ, ਕਹਿੰਦੇ ਦੇਖੋ ਜੇ ਤੁਸੀਂ ਇਹ ਤਿੰਨੇ ਭੱਬੇ ਯਾਦ ਕਰ ਲਓਗੇ, ਇੱਥੇ ਸੁੱਖ ਵਡਿਆਈਆਂ, ਇੱਥੇ ਸੁੱਖ ਵਡਿਆਈਆਂ। ਇੱਥੇ ਦਾ ਮਤਲਬ ਇਸ ਜੀਵਨ ਵਿੱਚ ਤੁਹਾਨੂੰ ਸੁੱਖ ਮਿਲੇ, ਵਡਿਆਈਆਂ ਮਿਲਣਗੀਆਂ, ਭੈੜਾ ਕੰਮ ਕਰਨਾ ਨਹੀਂ, ਲੋਕ ਤੁਹਾਡੀ ਉਪਮਾ ਕਰਨਗੇ ਅਤੇ ਸੁੱਖ ਮਿਲੇਗਾ। ਅਤੇ ਦਰਗਾਹ ਮੋਖ ਦੁਆਰ, ਦਰਗਾਹ ਮੋਖ ਦੁਆਰ। ਲਓ ਪਾਤਸ਼ਾਹ ਕਹਿੰਦੇ ਨਾਮ ਧਿਆਏ ਤਾਂ ਸੁੱਖ ਪਾਏ, ਬਿਨ ਨਾਮੈ ਪਿੜ ਕਾਚੀ। ਪਿੜ ਕਹਿੰਦੇ ਨੇ ਉਸ ਅਖਾੜੇ ਨੂੰ ਜਿੱਥੇ ਕੁਸ਼ਤੀ ਕੀਤੀ ਜਾਂਦੀ ਹੈ, ਜਿੱਥੇ ਕਬੱਡੀ ਖੇਡੀ ਜਾਂਦੀ, ਕਈ ਕੁ ਖੇਡਾਂ, ਉਹਨੂੰ ਪਿੜ ਕਹਿੰਦੇ। ਇਹ ਸੰਸਾਰ ਵੀ ਪਿੜ ਹੈ, ਜਿਹੜੇ ਨਾਮ ਧਿਆਉਣਗੇ ਉਹ ਸੁੱਖ ਪਾਉਣਗੇ, ਜਿਹੜੇ ਨਹੀਂ ਧਿਆਉਣਗੇ ਉਹ ਇਸ ਪਿੜ ਵਿੱਚ ਕੱਚੇ ਰਹਿ ਜਾਣਗੇ, ਉਹ ਪੁੱਗਣਗੇ ਨਹੀਂ, ਉਹ ਜੰਮਣ ਮਰਨ ਦੇ ਗੇੜੇ ਵਿੱਚ ਪਏ ਰਹਿਣਗੇ। ਜਿਨ ਥਾਪੀ ਵਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ। ਇੱਥੇ ਫਿਰ ਜਿੰਦੇ ਨਨੇ ਨੂੰ ਸਿਆਰੀ, ਜਿਸ ਪਰਮਾਤਮਾ ਨੇ ਸ੍ਰਿਸ਼ਟੀ ਥਾਪੀ ਹੈ, ਇਹਦੇ ਰਚਣ ਦੀ, ਇਹਦੇ ਨਾਸ ਕਰਨ ਦੀ ਵਿਦ ਤੇ ਉਹ ਆਪ ਹੀ ਜਾਣਦਾ। ਬਾਬੇ ਨੇ ਤੇ ਸਾਡੇ ਕੋਲੋਂ ਮੁਕਾ, ਉਹਨਾਂ ਕਿਹਾ ਇਸ ਪਾਸੇ ਟਾਈਮ ਨਾ ਗਵਾਇਆ ਕਰੋ। ਕੋਈ ਪੁੱਛੇ ਜੀ ਰੱਬ ਨੇ ਕਦੋਂ ਦੁਨੀਆਂ ਬਣਾਈ, ਕਦੋਂ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਆਪ ਹੀ ਜਾਣਦਾ, ਆਪਾਂ ਕੀ ਲੈਣਾ ਇਹਦੇ 'ਚੋਂ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ। ਬਸ ਜਿਨ੍ਹਾਂ 'ਤੇ ਕਿਰਪਾ ਕਰ ਦਿੰਦਾ ਉਹ ਇਹਨਾਂ ਝੰਝਟਾਂ ਵਿੱਚ ਨਹੀਂ ਪੈਂਦੇ। ਉਹ ਕਹਿੰਦੇ ਜਿਨ ਥਾਪੀ ਵਿਦ ਜਾਣੈ ਸੋਈ, ਕਿਆ ਕੋ ਕਹਿ ਵਖਾਣੋ। ਇਹਦੇ ਬਾਰੇ ਕੀ ਕੋਈ ਬਿਆਨ ਕਰੇਗਾ, ਜੋ ਕਰੇਗਾ ਥੋੜ੍ਹਾ ਕਰੇਗਾ, ਅਧੂਰਾ ਕਰੇਗਾ, ਮੁੱਕ ਜਾਏਗਾ। ਇਹ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੇਤਾ ਹੋਏ। ਇਹ ਲੇਖਾ ਲਿਖਣ ਵਾਲੀ ਸਾਡੇ ਵੱਸ ਦੀ ਗੱਲ ਨਹੀਂ, ਆਖਿਆ ਇਹ ਵਾਹਿਗੁਰੂ ਆਪ ਹੀ ਜਾਣਦਾ ਹੈ। ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪਰਵਾਣੋ। ਆਖਿਆ ਜਿਸ ਪਰਮਾਤਮਾ ਨੇ ਜਗ ਥਾਪ ਬਣਾਇਆ ਹੈ, ਥਾਪ ਦੇ ਪੱਪੇ ਨੂੰ ਸਿਆਰੀ, ਜਿਨ ਜਗ ਥਾਪ, ਇੱਥੇ ਵਿਸਰਾਮ ਦੇਣਾ, ਫਿਰ ਵਤਾਇਆ ਜਾਲੋ। ਹੁਣ ਇੱਥੇ ਜਾਲ ਦੇ ਲੱਲੇ ਨੂੰ ਔਂਕੜ ਵੀ ਹੈ ਅਤੇ ਹੋੜਾ ਵੀ ਹੈ। ਜਿਹੜੇ ਪਾਠ ਕਰਨ ਵਾਲੇ ਨੇ ਉਹਨਾਂ ਲਈ ਇਹ ਦੱਸਣਾ ਬਹੁਤ ਜ਼ਰੂਰੀ ਹੈ ਵੀ ਇੱਥੇ ਜਾਲ ਵੀ ਹੈ, ਔਂਕੜ ਵੀ ਹੈ ਅਤੇ ਹੋੜਾ ਵੀ। ਬੋਲੀਏ ਕਿਹੜਾ? ਇਹ ਗੁਰੂ ਗ੍ਰੰਥ ਸਾਹਿਬ ਦੀ ਇੱਕ ਨਿਯਮਾਵਲੀ ਹੈ, ਇਹ ਅਸਲ ਦੇ ਉਲਟ ਬੋਲਣਾ। ਇੱਥੇ ਅੱਖਰ ਤੇ ਹੈ ਜਾਲ, ਪਰ ਇੱਥੇ ਬੋਲਣਾ ਜਾਲੋ। ਜਿਨ ਜਗ ਥਾਪ ਬਤਾਇਆ ਜਾਲੋ, ਜਿਸਨੇ ਆਪ ਹੀ ਜਗਤ ਨੂੰ ਬਣਾਇਆ ਅਤੇ ਆਪ ਹੀ ਇਹ ਮਾਇਆ ਦੇ ਮੋਹ ਦਾ ਜਾਲ ਪਾ ਦਿੱਤਾ, ਅਤੇ ਇਸ ਜਾਲ ਵਿੱਚ ਅਸੀਂ ਸਾਰੇ ਉਲਝ ਗਏ। ਸੋ ਸਾਹਿਬ ਪਰਵਾਣੋ,
ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ ਉਹ ਆਪ ਹੀ ਪਰਮਾਨੀ ਕੇ ਸਾਰੀ ਖੇਡ ਦੇ ਖੇਡਣ ਵਾਲਾ ਹੈ। ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਦਰ ਹੈ ਸੰਸਾਰੂਆ। ਇੱਥੇ ਬਾਬਾ ਦਾ ਮਤਲਬ ਹੈ ਭਾਈ, ਸਾਨੂੰ ਸਾਰਿਆਂ ਨੂੰ ਕਿਹਾ ਹੈ ਭਾਈ ਆਇਆ ਹੈ ਉੱਠ ਚੱਲਣਾ। ਜਿਹੜਾ ਇਸ ਸੰਸਾਰ 'ਚ ਆਇਆ ਉਸਨੇ ਉੱਠ ਕੇ ਚੱਲਣਾ ਹੈ, ਅਤੇ ਅੱਧ ਪੰਦਰ ਹੈ ਸੰਸਾਰੂਆ। ਇਹ ਜਿਹੜਾ ਸੰਸਾਰ ਹੈ, ਇਹ ਜਿਹੜਾ ਵਾਹ ਵਾਹ ਆ ਰਿਹਾ ਨਾ, ਇਹ ਕਵਿਤਾ ਦਾ ਤੋਲ ਹੈ। ਇਹਨੂੰ ਕਹਿੰਦੇ ਨੇ ਕਾਫੀਆ ਰਦੀਫ, ਇਹ ਹੈ ਤੁਕਾਂਤ ਪੂਰਾ ਕਰਨ ਦੀ ਗੱਲ। ਸ਼ਬਦ ਸੰਸਾਰ ਹੀ ਹੈ। ਆਖਿਆ ਆਇਆ ਹੈ ਉੱਠ ਚੱਲਣਾ, ਅੱਧ ਪੰਦਰ ਹੈ ਸੰਸਾਰੋ। ਇਹ ਸੰਸਾਰ ਦੇ ਜੀਵ ਜੰਮਣ ਮਰਨ ਦੇ ਚੱਕਰ ਵਿੱਚ ਫਸੇ ਨੇ, ਅੱਧ ਵਿਚਾਲੇ ਲਟਕ ਰਹੇ ਨੇ। ਸਿਰ ਸਿਰ ਸੱਚੜਾ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ। ਫਿਰ ਸਿਰ ਦੇ ਰਾਰੇ ਨੂੰ ਸਿਆਰੀ ਹੈ। ਹੁਣ ਉਹ ਸਿਆਰੀ ਬੋਲ ਨਹੀਂ ਸਕਦੇ, ਉਹਦਾ ਅਰਥ ਹੈ ਸਿਰ ਦੇ ਉੱਤੇ, ਹਰ ਜੀਵ ਦੇ ਉੱਤੇ ਉਸਨੇ ਲਿਖ ਦਿੱਤਾ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀਓ। ਇਹ ਉਹ ਆਪ ਹੀ ਜਾਣਦਾ ਕੁਦਰਤ ਕੌਣ ਕਹਾਂ ਵੀ ਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ। ਆਖਿਆ ਸਿਰ ਸਿਰ ਸੱਚੜੇ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ। ਜਿਹੜਾ ਸਾਡੇ ਪੁਰਬਲੇ ਜਨਮ ਦੇ ਕੀਤੇ ਹੋਏ ਕਰਮ ਨੇ, ਹੁਣ ਕਈ ਲੋਕ ਇੱਥੇ ਉਲਝ ਜਾਂਦੇ, ਕਈ ਉਲਝਾ ਰਹੇ ਨੇ, ਉਹ ਜੀ ਕੋਈ ਲਿਖਿਆ ਲੁਖਿਆ ਨਹੀਂ ਹੈਗਾ ਜੀ, ਕੋਈ ਐਤਨ ਭਾਈ, ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੱਡੇ ਹੋ ਗਏ ਹੋ, ਇਹੋ ਜਿਹੀਆਂ ਗੁਸਤਾਖੀ ਭਰੀਆਂ ਗੱਲਾਂ ਕਿਉਂ ਕਰਦੇ? ਗੁਰੂ ਸਾਹਿਬ ਲਿਖ ਰਹੇ ਨੇ ਕਿ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਇਹ ਦੁੱਖ ਸੁੱਖ ਜਿਹੜਾ ਹੈ ਸਾਡੇ ਸਿਰ 'ਤੇ ਲਿਖਿਆ ਹੋਇਆ ਹੈ। ਦੁੱਖ ਸੁੱਖ ਦੀਆ ਜਿਹਾ ਕੀਆ, ਸੋ ਨਿਭੈ ਜੀ ਨਾਲੇ। ਆਖਿਆ ਜੋ ਕੁਝ ਅਸੀਂ ਕੀਤਾ ਹੈ ਉਸ ਕੀਤੇ ਦੇ ਅਨੁਸਾਰ ਇਹ ਦੁੱਖ ਅਤੇ ਸੁੱਖ ਸਾਡੇ ਨਾਲ ਨੇ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਨਿਭੈ ਜੀ ਨਾਲੇ, ਉਹ ਇਸ ਜਿੰਦ ਦੇ ਨਾਲ ਨਿਭੇਗਾ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਭਾਲੇ। ਆਖਿਆ ਜੀਵ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਅਨੁਸਾਰ ਜਿਹੀ ਕਾਰ। ਹੁਣ ਦੇਖੋ, ਇੱਕ ਗੱਲ ਨੂੰ ਖੋਲ੍ਹਣ ਲਈ ਸਮਾਂ ਤਾਂ ਚਾਹੀਦਾ, ਪਰ ਸਮਾਂ ਅਸੀਂ ਕਰ ਲੈਂਦੇ ਹਾਂ ਸੀਮਤ, ਅਤੇ ਸੀਮਤ ਸਮੇਂ ਵਿੱਚ ਉਹਨੂੰ ਖੋਲ੍ਹਣਾ ਕੋਈ ਵਕਤਾ ਵੀ ਹੋਵੇ ਕੋਈ ਫੂਕ ਮਾਰ ਕੇ ਨਹੀਂ ਸਮਝਾ ਸਕਦਾ। ਇਹ ਜਿਹੜੀ ਕਰਮ ਫਿਲੋਸਫੀ ਹੈ ਜਿਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਜ਼ਿਕਰ ਆਉਂਦਾ ਹੈ, ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਪਿਆਰਿਓ ਦੂਜਿਆਂ ਨੂੰ ਦੋਸ਼ ਦੇਣ ਦੀ ਬਜਾਏ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਆਖਿਆ ਵਾਹਿਗੁਰੂ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਕਰਦਾ, ਵਾਹਿਗੁਰੂ ਕਿਸੇ ਨਾਲ ਕੋਈ ਵੈਰ ਨਹੀਂ ਕਮਾਉਂਦਾ, ਇਹ ਤਾਂ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਉਹਨੇ ਦੁੱਖ ਅਤੇ ਸੁੱਖ ਨਾਲ ਲਿਖ ਦਿੱਤੇ ਹਨ, ਅਤੇ ਉਹ ਸਾਡੇ ਨਾਲ ਚੱਲਣਗੇ, ਉਹ ਸਾਨੂੰ ਚੱਲਣੇ ਪੈਣਗੇ। ਆਪ ਨਿਰਾਲਮ ਧੰਦੇ ਬਾਦੀ, ਕਰ ਹੁਕਮ ਛਡਾਵਣ ਹਾਰੋ। ਹਾਂ, ਇਸ ਸ੍ਰਿਸ਼ਟੀ ਵਿੱਚ ਪਰਮਾਤਮਾ ਆਪ ਨਿਰਾਲਮ ਹੈ, ਨਿਰਾਲਾ ਹੈ, ਨਿਰਲੇਪ ਹੈ। ਇਹ ਸੰਸਾਰ ਜਿਤਨਾ ਸ੍ਰਿਸ਼ਟੀ ਹੈ ਧੰਦੇ ਬੰਨ੍ਹਦੀ, ਧੰਦੇ ਧੰਦੇ ਦੇ ਧੰਦੇ ਨੂੰ ਦੋ ਲਾਵਾਂ, ਧੰਦੇ ਵਿੱਚ ਬੰਨ੍ਹ ਦਿੱਤੀ ਹੈ। ਆਪ ਉਹ ਬਿਲਕੁਲ ਨਿਰਾਲਮ ਹੈ, ਪਰ ਜਿਹਨਾਂ ਉੱਤੇ ਉਹਦੀ ਮਿਹਰ ਹੋ ਜਾਂਦੀ ਹੈ, ਜਿਵੇਂ ਹੁਣ ਤੁਸੀਂ ਸਤਸੰਗਤ ਵਿੱਚ ਆਏ ਹੋ, ਤੁਸੀਂ ਬਾਣੀ ਦੀ ਗੱਲ ਸੁਣ ਲਈ, ਗੱਲ ਸਮਝ ਵਿੱਚ ਆ ਗਈ, ਤੁਸੀਂ ਉਹਦੇ 'ਤੇ ਅਮਲ ਕਰਨ ਲੱਗ ਪਏ, ਉਹਦੀ ਬਖਸ਼ਿਸ਼ ਹੋ। ਕਰ ਹੁਕਮ ਛਡਾਵਣ ਹਾਰੋ, ਉਹ ਆਪਣੇ ਹੁਕਮ ਦੁਆਰਾ, ਮੈਂ ਤਾਂ ਬਾਣੀ ਵਿੱਚੋਂ ਪੜ੍ਹਿਆ ਹੈ, ਪਾਤਸ਼ਾਹ ਕਹਿੰਦੇ ਨੇ ਜਦੋਂ ਉਹ ਟੁੱਟਦਾ ਹੈ ਨਾ ਕਿਸੇ 'ਤੇ, ਪਤਾ ਕੀ ਕਰਦਾ? ਕਰ ਕਿਰਪਾ ਸਤਸੰਗ ਮਿਲਾਇਆ, ਕਰ ਕਿਰਪਾ ਸਤਸੰਗ ਮਿਲਾਇਆ। ਬਸ ਆਹ ਉਹਦੀ ਕਿਰਪਾ ਹੋ ਗਈ।
ਲੱਖਾਂ ਕਰੋੜਾਂ ਲੋਕ ਗੁਰੂ ਕੇ ਹੁਕਮ ਨੂੰ ਸੁਣ ਲਈ ਚੌਕੜਾ ਮਾਰ ਕੇ ਬੈਠੇ, ਉਹਦੀ ਕਿਰਪਾ ਹੋ ਗਈ ਹੈ। ਤੇ ਜਿਨ੍ਹਾਂ ਉੱਤੇ ਫਿਰ ਉਹ ਕਿਰਪਾ ਕਰਦਾ ਹੈ, ਕਰ ਹੁਕਮ ਛਡਾਵਣ ਹਾਰੋ, ਉਹਨਾਂ ਨੂੰ ਸਮਝ ਆ ਜਾਂਦੀ ਹੈ, ਉਹਦੀ ਸ਼ਰਨ ਵਿੱਚ ਆ ਜਾਂਦੇ ਨੇ। ਮੈਂ ਕਹਿੰਦਾ ਹੁੰਦਾ ਵੀ ਜੇ ਕਿਸੇ ਸ਼ਾਹ ਦਾ ਲੇਖਾ ਦੇਣਾ ਹੋਵੇ, ਜੇ ਤਾਂ ਜਾਓ ਤੀਂਗੜ ਆਕੜ ਜਾ ਜੋ ਕਰਨੀ ਕਰ ਲੈ, ਨਹੀਂ ਦਿੰਦੇ ਆਉਂਦਾ ਚੰਗਾ ਫਿਰ। ਅਤੇ ਜੇ ਕੁਝ ਦੇ ਦਿਓ ਤਾਂ ਕੁਝ ਹੱਥ ਜੋੜ ਦਿਓ, ਮਹਾਰਾਜ ਕਿਰਪਾ ਕਰਿਓ, ਅਸੀਂ ਪੂਰੇ ਨਿਭਣ ਜੋਗੇ ਨਹੀਂ ਹੈਗੇ। ਅਤੇ ਜੇ ਸ਼ਾਹ ਦੀ ਕਿਰਪਾ ਹੋ ਜਾਵੇ ਤਾਂ ਉਹ ਫਿਰ ਲੀਕ ਵੀ ਫੇਰ ਦਿੰਦਾ। ਪਰ ਅਸੀਂ ਆਕੜਦੇ ਵੀ ਹਾਂ, ਗੁਰੂ ਦੀ ਗੱਲ ਵੀ ਨਹੀਂ ਮੰਨਦੇ। ਕਰ ਹੁਕਮ ਛਡਾਵਣ ਹਾਰੋ, ਉਹ ਫਿਰ ਆਪਣੀ ਰਹਿਮਤ ਕਰਕੇ ਛਡਾ ਵੀ ਦਿੰਦਾ ਹੈ। ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ, ਦੂਜੇ ਭਾਏ ਵਿਕਾਰੋ। ਭਾਈ ਟਾਲ ਮਟੋਲ ਨਾ ਕਰੋ, ਅੱਜ ਕੱਲ੍ਹ ਕਰਦੇ। ਮੈਂ ਦੇਖਦਾ ਹਾਂ ਪ੍ਰਚਾਰਕ ਹੋਣ ਦੇ ਨਾਤੇ ਹਰ ਇੱਕ ਦੀ ਪ੍ਰੇਰਨਾ ਪ੍ਰਚਾਰ। ਉਹ ਜੀ ਕੋਈ ਗੱਲ ਨਹੀਂ, ਹਾਲੀ ਅੰਮ੍ਰਿਤ ਛਕ ਲਾਂਗੇ ਜੀ, ਹਾਲੀ ਖਾਣ ਪੀਣ ਦਾ ਟਾਈਮ ਹੈ ਜੀ, ਫਿਰ ਕੋਈ ਆਖੇਗਾ ਜੀ ਹੁਣ ਫਿਰ ਅੱਗੇ ਹੀ ਚੱਲ ਕੇ ਛਕ ਲਾਂਗੇ ਜੀ, ਹੁਜਤਾਂ ਕਰੀ ਜਾਂਦੇ। ਅਤੇ ਗੁਰੂ ਸਾਹਿਬ ਕਹਿ ਰਹੇ ਨੇ ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ, ਇਹ ਤੁਹਾਡੇ ਟਾਲ ਮਟੋਲ ਕਰਦਿਆਂ ਕਰਦਿਆਂ ਨਾ ਉਹ ਦਿਨ ਆ ਜਾਣਾ, ਫਿਰ ਕੱਖ ਨਹੀਂ ਬਣਨਾ ਪੈਣਾ। ਫਿਰ ਆਉਂਦੇ ਨਾ ਬੂਹੇ ਆਈ ਜੰਜ ਅਤੇ ਵਿਨੋ ਕੁੜੀ ਦੇ ਕੰਨ, ਅੱਗ ਲੱਗੀਆਂ ਫਿਰ ਖੂਹ ਪੱਟੋ ਪੱਟਿਆ ਜਾਂਦਾ, ਫਿਰ ਨਹੀਂ ਗੱਲ ਬਣਨੀ। ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ ਅਤੇ ਦੂਜਾ ਭਾਇ ਵਿਕਾਰੋ, ਇਹ ਜਿੰਨੀ ਤੁਸੀਂ ਮਾਇਆ ਵਿੱਚ ਜ਼ਿਆਦਾ ਫਸੋਗੇ ਇਹ ਵਿਕਾਰ ਹੀ ਵਿਕਾਰ ਪੈਦਾ ਹੋਣਗੇ। ਜਮ ਮਾਰਗ ਪੰਥ ਨਾ ਸੁਜਈ, ਉੱਜੜ ਅੰਧ ਗੁਬਾਰੋਆ। ਮੈਂ ਕਿਸੇ ਵਿਸ਼ੇਸ਼ ਵਿਅਕਤੀ ਦਾ ਜ਼ਿਕਰ ਤਾਂ ਨਹੀਂ ਕਰਦਾ, ਪਰ ਮੈਨੂੰ ਇਹ ਦੁੱਖ ਜ਼ਰੂਰ ਹੈ ਭਾਈ, ਗੁਰੂ ਗ੍ਰੰਥ ਸਾਹਿਬ ਜੀ ਵੀ ਸਾਨੂੰ ਸਵਾਰਨ ਲਈ ਸਮਝਾਉਣ ਲਈ ਬੜਾ ਕੁਝ ਲਿਖਿਆ, ਪਰ ਅਸੀਂ ਆਉਂਦੇ ਹਾਂ ਜੀ ਕੋਈ ਜਮ ਜੁੰਮ ਨਹੀਂ ਹੈਗਾ ਜੀ, ਤੇ ਆਹ ਕੀ ਲਿਖਿਆ। ਪਾਤਸ਼ਾਹ ਕਹਿੰਦੇ ਨੇ ਯਾਦ ਰੱਖੋ, ਉਸ ਵੇਲੇ ਫਿਰ ਕੱਖ ਨਹੀਂ ਬਣਨਾ ਤੁਹਾਡੇ ਕੋਲ, ਉਦੋਂ ਤਾਂ ਫਿਰ ਚੋਟਾਂ ਹੀ ਪੈਣੀਆਂ ਨੇ, ਉਦੋਂ ਤਾਂ ਵਾਰੀ ਨਹੀਂ ਆਉਣੀ ਹੈਗੀ। ਪਾਤਸ਼ਾਹ ਕਹਿੰਦੇ ਨੇ ਜਮ ਮਾਰਗ ਪੰਥ ਨਾ ਸੁਝਈ, ਜਮਾਂ ਦੇ ਮਾਰਗ ਤੇ ਚੱਲਦਿਆਂ ਫਿਰ ਰਸਤਾ ਨਹੀਂ। ਇੱਥੇ ਦੋਵੇਂ ਅੱਖਰ ਆਏ ਨੇ, ਮਾਰਗ ਵੀ ਆਇਆ ਪੰਥ ਵੀ ਆਇਆ, ਮਾਰਗ ਦਾ ਮਤਲਬ ਵੀ ਰਸਤਾ ਤੇ ਪੰਥ ਦਾ ਮਤਲਬ ਵੀ ਰਸਤਾ, ਫਿਰ ਉਦੋਂ ਰਾਹ ਨਹੀਂ ਨਜ਼ਰ ਆਉਣਾ। ਜਿਵੇਂ ਅਸੀਂ ਨਾ ਵੀ ਜਦੋਂ ਪੈਂਦੀਆਂ ਨੇ ਫਿਰ ਰਾਹ ਨਹੀਂ ਲੱਭਦਾ। ਜਮ ਮਾਰਗ ਪੰਥ ਨਾ ਸੁਝਈ, ਫਿਰ ਉੱਜੜ ਅੰਧ ਗੁਬਾਰੋ, ਉੱਥੇ ਤਾਂ ਫਿਰ ਅੰਧੇਰਾ ਹੀ ਅੰਧੇਰਾ। ਜਦੋਂ ਸੰਨ ਤੋਂ ਚੋਰ ਫੜਿਆ ਜਾਏ ਨਾ, ਫਿਰ ਕੋਈ ਲਿਹਾਜ਼ ਨਹੀਂ ਕਰਦਾ, ਫਿਰ ਤਾਂ ਜਿਹੜਾ ਆਉਂਦਾ ਦੇ ਜੁੱਤੀ ਤੇ ਜੁੱਤੀ, ਫਿਰ ਉੱਥੇ ਕਹਿਣ ਜੋਗੀ ਗੁੰਜਾਇਸ਼ ਹੀ ਨਹੀਂ। ਪਾਤਸ਼ਾਹ ਕਹਿੰਦੇ ਸਮੇਂ ਨਾਲ ਸੰਭਲੋ, ਸਮੇਂ ਨਾਲ ਹੋਸ਼ ਵਿੱਚ ਆਓ, ਆਪਣੇ ਆਪ ਨੂੰ ਸੰਭਾਲੋ। ਜਮ ਮਾਰਗ ਪੰਥ ਨਾ ਸੁਝੇ, ਉੱਜੜ ਅੰਧ ਗੁਬਾਰੋ। ਹਾਂਜੀ, ਨਾ ਜਲ ਲੇਫ ਤੁਲਾਈਆ, ਨਾ ਭੋਜਨ ਪਰਕਾਰੋਆ। ਆਖਿਆ ਉੱਥੇ ਨਾ ਕਿਸੇ ਨੇ ਠੰਡਾ ਫਰਿੱਜ ਦਾ ਪਾਣੀ ਦੇਣਾ, ਨਾ ਉੱਥੇ ਲੇਫ ਤੇ ਤਲਾਈਆਂ ਹੋਣਗੀਆਂ, ਅਤੇ ਨਾ ਤਰ੍ਹਾਂ ਤਰ੍ਹਾਂ ਦੇ ਭੋਜਨ ਅਤੇ ਖਾਣੇ ਹੋਣਗੇ। ਹੁਣ ਕਈ ਵਾਰੀ ਨਾ ਕਈ ਬੰਦੇ ਗਿਆਨੀ ਜੀ ਹੁੰਦਾ ਹੈ ਸਭ ਕੁਝ, ਮੈਂ ਕਿਹਾ ਜੀ ਹਾਲੀ ਮੈਂ ਦੇਖਿਆ ਨਹੀਂ, ਤਾਂ ਗੁਰੂ ਮੈਨੂੰ ਨਾ ਹੀ ਵਿਖਾਵੇ। ਮੈਂ ਤਾਂ ਗੁਰੂ ਦੇ ਦੱਸੇ ਰਾਹ 'ਤੇ ਚੱਲਣਾ, ਮੈਨੂੰ ਗੁਰੂ ਉੱਥੇ ਕਿਉਂ ਭੇਜੇਗਾ, ਉਲਟੀਆਂ ਗੱਲਾਂ ਕਰਨਗੇ। ਪਾਤਸ਼ਾਹ ਜੋ ਕਹਿ ਰਹੇ ਨੇ ਭਾਈ, ਜੇ ਮਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਆ ਸੰਗ ਤੋਸ਼ਾ, ਜੇ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਧ ਤੇਰਾ ਕੋਨ ਸਿਜਾਨੂ, ਹਰ ਕਾ ਨਾਮ ਤੈ ਨਾਲ ਪਛਾ। ਭਾਈ ਆਪਣੇ ਜੀਵਨ ਨੂੰ ਸਵਾਰੀਏ, ਹੁਜਤਾ ਨਾ ਕਰੀਏ। ਪਾਤਸ਼ਾਹ ਕਹਿੰਦੇ ਨਾ ਜਲ ਲੇਫ ਤੁਲਾਈਆਂ, ਉੱਥੇ ਨਾ ਭੋਜਨ ਪ੍ਰਕਾਰੋਵਾ, ਆ ਤਰ੍ਹਾਂ ਤਰ੍ਹਾਂ ਦੇ ਖਾਣੇ ਵੀ ਉੱਥੇ ਕਿਸੇ ਨੇ ਨਹੀਂ ਦੇਣੇ। ਭੋਜਨ ਭਾਓ ਨਾ ਠੰਡਾ ਪਾਣੀ, ਨਾ ਕਾਪੜ ਸੀਗਾਰੋ। ਨਾ ਉੱਥੇ ਭੋਜਨ, ਨਾ ਕਿਸੇ ਨੇ ਭਾਓ, ਪ੍ਰੇਮ ਵੀ ਨਹੀਂ ਕਰਨਾ, ਇਹ ਵੀ ਨਹੀਂ ਕਹਿਣਾ ਜੀ ਆਓ ਜੀ ਬੈਠੋ ਜੀ, ਨਾ ਨਾ। ਉੱਥੇ ਤਾਂ ਜਿਹੜਾ ਜਿਹਨੇ ਗਲਤ ਕੰਮ ਕੀਤਾ ਹੋਵੇ ਥਾਣੇ ਚਲੇ ਜਾਓ, ਉਹਨੂੰ ਕੋਈ ਕੁਰਸੀ ਦਿੰਦਾ, ਓਏ ਉੱਧਰ ਬੈਠ ਉੱਧਰ ਬੈਠ, ਉੱਥੇ ਨਹੀਂ ਕਿਸੇ ਨੇ ਆਦਰ ਦੇਣਾ।
ਇਹ ਸਭ ਕੁਝ ਸਾਨੂੰ ਸਵਾਰਨ ਲਈ ਪਾਤਸ਼ਾਹ ਦੱਸ ਰਹੇ ਨੇ, ਅਸੀਂ ਅੱਗੋਂ ਹੁਜਤਾਂ ਕਰੀ ਜਾਂਦੇ ਹਾਂ, ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੋ। ਹਾਂਜੀ, ਗਲ ਸੰਗਲ ਸਿਰ ਮਾਰੇ ਉਭੋ ਨਾ ਦਿਸਾ ਘਰ ਬਾਰੋ, ਨਾ ਉੱਥੇ ਤੁਹਾਨੂੰ ਗਲ ਸੰਗਲ, ਹੁਣ ਗਲ ਦੇ ਲੱਲੇ ਨੂੰ ਸਿਹਾਰੀ ਹੈ, ਗਲ ਵੀ ਤਾਂ ਸੰਗਲ ਪਾਇਆ ਹੋਵੇਗਾ, ਔਰ ਉੱਤੋਂ ਪੈਂਦੀਆਂ ਹੋਣਗੀਆਂ ਜੁੱਤੀਆਂ, ਸਿਰ ਮਾਰੇ ਉਭੋ ਨਾ ਦਿਸਾ ਘਰ ਬਾਰੋ, ਉੱਥੇ ਫਿਰ ਨਾ ਘਰ ਨਾ ਬਾਰ ਨਾ ਜਨਾਨੀ ਨਾ ਪੁੱਤਰ ਨਾ ਧੀਆਂ, ਕੱਖ ਨਹੀਂ ਨਜ਼ਰ ਆਉਣਾ, ਕਿਸੇ ਨੇ ਸਾਥ ਨਹੀਂ ਦੇਣਾ। ਹਾਂਜੀ, ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ। ਆਹ ਜਿਹੜਾ ਅੱਖਰ ਹੈ ਨਾ ਇਬ ਕੇ ਰਾਹੇ, ਇਹਨੂੰ ਸਮਝ ਲਓ, ਇਹ ਇਬ ਮੈਂ ਕਿਉਂਕਿ ਅੰਬਾਲੇ ਪੜ੍ਹਿਆ, ਉੱਧਰ ਦੇ ਲੋਕਾਂ 'ਚ ਆਮ ਕਹਿੰਦੇ ਇਬ ਕਰਕੇ ਦਿਖਾ, ਇਬ ਤੂੰ ਇੱਧਰ ਆ ਜਾ, ਹੈ ਇਬ ਮੈਨੂੰ ਹੁਣ, ਇਹ ਹੁਣ ਫੌਰੀ ਤੌਰ 'ਤੇ ਜੇ ਆਖੋਗੇ ਨਾ ਵੀ ਅਸੀਂ ਬੀਜ ਲਈਏ, ਰਾਹੇ ਦਾ ਮਤਲਬ ਬੀਜਣਾ, ਇਬ ਕੇ ਰਾਹੇ ਜੰਮਣ ਨਾਹੀਂ, ਜਦੋਂ ਪੈਂਦੀਆਂ ਹੋਣਗੀਆਂ ਫਿਰ ਕੱਖ ਨਹੀਂ ਬਣਨਾ ਭਾਈ, ਹੁਣ ਤੁਹਾਡੇ ਕੋਲ ਸਮਾਂ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹੋ, ਨਿਤਨੇਮ ਕਰੋ, ਸੇਵਾ ਕਰੋ, ਫਿਰ ਤਾਂ ਗੱਲ ਜਾਏਗੀ ਬਣ, ਅਤੇ ਜੇ ਆਖੋਗੇ ਐਨ ਮੌਕੇ 'ਤੇ ਫਿਰ ਇਬ ਕੇ ਰਾਹੇ ਜੰਮਣ ਨਾਹੀਂ ਪਛਤਾਣੇ ਸਿਰ ਭਾਰੋ, ਫਿਰ ਸਿਰ 'ਤੇ ਭਾਰ ਹੋਵੇਗਾ ਅਤੇ ਪਛਤਾਵੇ ਤੋਂ ਬਿਨਾਂ ਕੱਖ ਪੱਲੇ ਨਹੀਂ। ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ। ਲਓ ਇਹ ਜੇ ਵਿਚਾਰ ਸੱਚਾ, ਮਰਜ਼ੀ ਹੈ ਸੁਣ ਕੇ ਪੱਲੇ ਬੰਨ ਲਓ, ਮਰਜ਼ੀ ਹੈ ਨਾ ਬੰਨੋ, ਇਹ ਸੱਚਾ ਵਿਚਾਰ ਹੈ, ਉੱਥੇ ਕਿਸੇ ਨੇ ਕੋਈ ਸਾਥੀ ਨਹੀਂ ਬਣਨਾ ਬਿਨ ਸੱਚੇ ਤੋਂ, ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹ ਵਿਚਾਰੋ। ਬਾਬਾ ਰੋਵਹਿ ਰਵਹਿ ਸੋ ਜਾਣੀਐ, ਮਿਲ ਰੋਵੈ ਗੁਣ ਸਾਰੇ ਵਾ। ਆਖਿਆ ਜਿਹੜੇ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਰਵੇ, ਰਵੇ ਦਾ ਮਤਲਬ ਉਹਨੂੰ ਯਾਦ ਕਰਨਗੇ, ਸੋ ਜਾਣੀਐ ਉਹਦੇ ਨਾਲ ਜੁੜ ਜਾਣਗੇ, ਇਹ ਕੰਮ ਇਵੇਂ ਹੀ ਊਠ ਅੜਾਉਂਦੇ ਹੀ ਲੱਗਦੇ ਨੇ। ਇਹ ਜਿਹੜਾ ਅਸੀਂ ਕਹਿੰਦੇ ਹਾਂ ਨਾ ਜੀ, ਆਹ ਮੁੰਡਾ ਵਿਆਹ ਲਈਏ, ਕੁੜੀ ਆ ਜਾਏਗੀ, ਨੂੰਹ ਆ ਜਾਏਗੀ, ਰੋਟੀਆਂ ਪਕਾਏਗੀ, ਅਸੀਂ ਗੁਰਦੁਆਰੇ ਜਾਵਾਂਗੇ, ਪਤਾ ਨਹੀਂ ਉਹਨੇ ਆਉਂਦਿਆਂ ਸਾਰੀ ਚੁੱਲ੍ਹਾ ਚੌਟਾ ਵਖਰਾ ਕਰਨਾ, ਫਿਰ ਕੀ ਕਰੋਗੇ, ਪਹਿਲਾਂ ਹੀ ਕਰੋ। ਕਬੀਰ ਜੀ ਦਾ ਕਹਿਣਾ ਯਾਦ ਰੱਖਿਆ ਕਰੋ, ਕਬੀਰ ਕੀਚੜ ਆਟਾ ਗਿਰ ਭਰਿਆ, ਕਿਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ, ਨਾਲ ਦੀ ਨਾਲ ਹੀ ਕਰੀ ਚੱਲੋ, ਟਾਲ ਮਟੋਲ ਮਤ ਕਰੋ। ਹਾਂਜੀ, ਰੋਵੈ ਮਾਇਆ ਮੁੱਠੜੀ ਧੰਦੜਾ ਰੋਵਨ ਹਾਰੇ ਵਾ। ਜਿਹੜੇ ਮਾਇਆ ਦੇ ਮੋਹ ਵਿੱਚ ਮੁੱਠੇ ਹੋਏ ਰੋਂਦੇ ਨੇ ਹਰ ਵੇਲੇ, ਮਰੂ ਮਰੂ ਕਰੀ ਜਾਂਦੇ, ਜਦੋਂ ਪੁੱਛੋ ਕੁਝ ਹੈ ਨਹੀਂ ਜੀ, ਕੋਈ ਬਣਦਾ ਨਹੀਂ, ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਬੰਦੇ ਰੋਂਦੇ ਹੀ ਸੰਸਾਰ ਤੋਂ ਤੁਰ ਜਾਂਦੇ ਹਨ। ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ। ਆਖਿਆ ਧੰਦਾ ਰੋਵੈ, ਉਹ ਸਾਰੀ ਉਮਰ ਧੰਦੇ ਕਰਦਿਆਂ ਹੀ ਮਰ ਜਾਂਦੇ, ਮੈਲ ਨਾ ਧੋਵੈ, ਜਿਹੜੀ ਵਿਕਾਰਾਂ ਦੀ ਲੱਗੀ ਹੋਈ ਮੈਲ ਹੈ ਉਸ ਪਾਸੇ ਧੋਣ ਦਾ ਧਿਆਨ ਹੀ ਨਹੀਂ ਹੈ। ਪਰ ਯਾਦ ਰੱਖੋ ਸੁਪਨੰਤਰ ਸੰਸਾਰ, ਇਹ ਸੰਸਾਰ ਸੁਪਨੇ ਦੀ ਖੇਡ ਹੈ, ਜਿਵੇਂ ਸੁਪਨੇ ਦੇ ਵਿੱਚ ਅਸੀਂ ਪਤਾ ਨਹੀਂ ਕਿੰਨੀਆਂ ਖੇਡਾਂ ਖੇਡਦੇ ਹਾਂ, ਸੁਪਨੇ 'ਚ ਕੀ ਕੁਝ ਵੇਖਦੇ ਹਾਂ, ਪਰ ਜਦੋਂ ਅੱਖ ਖੁੱਲਦੀ ਹੈ ਬਸ ਸੁਪਨਾ ਖਤਮ। ਇਹ ਜੇ ਸੰਸਾਰ ਦੀ ਖੇਡ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਰੇ ਨਰ ਇਹ ਸਾਚੀ ਜੀ ਜਾਨ ਧਾਰ, ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ, ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ। ਜੋ ਬਾਜੀਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ। ਜਿਵੇਂ ਬਾਜੀਗਰ ਆਉਂਦਾ ਡੁਗਡੁਗੀ ਵਜਾਉਂਦਾ, ਲੋਕ ਇਕੱਠੇ ਹੋ ਜਾਂਦੇ ਨੇ ਤਮਾਸ਼ਾ ਕਰਦਾ, ਐਂ ਲੋਕ ਉਹਦੇ 'ਚ ਫਸ ਜਾਂਦੇ। ਇਹ ਸੰਸਾਰ ਵੀ ਬਾਜੀਗਰ ਦੀ ਬਾਜੀ ਹੈ, ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਏਖ ਦਿਕਲਾਈ, ਸਾਂਗ ਉਤਾਰ ਥੰਮਿਓ ਪਾ ਸਾਰਾ ਤਬ ਏਕੋ ਏਕ ਅਹੰਕਾਰ। ਭਾਈ ਉਸ ਇੱਕ ਨਾਲ ਜੁੜੀਏ ਅਤੇ ਇਹ ਬਾਜੀਗਰ ਦੀ ਖੇਡ
ਭਗਤ ਕਬੀਰ ਜੀ ਦੇ ਕਹਿੰਦੇ ਕਹੋ ਕਬੀਰ ਬਾਜੀ ਜਗ ਭਾਈ, ਬਾਜੀਗਰ ਸਮੇਂ ਪ੍ਰੀਤ ਬਣਿਆ ਜੀ। ਲੋਕਾਂ ਨੂੰ ਬਾਜੀ ਚੰਗੀ ਲੱਗੀ ਹੈ, ਮੈਨੂੰ ਬਾਜੀਗਰ ਚੰਗਾ ਲੱਗਿਆ। ਇਹ ਸੰਸਾਰ ਬਾਜੀਗਰ ਦਾ ਤਮਾਸ਼ਾ ਹੈ, ਉਹ ਬਾਜੀਗਰ ਵਾਹਿਗੁਰੂ ਆਪ ਹੈ, ਉਹਦੇ ਨਾਲ ਆਪਾਂ ਪ੍ਰੇਮ ਪਾਉਣਾ ਕਰੀਏ। ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ। ਆਖਿਆ ਚਤੁਰਾਈਆਂ ਸਿਆਣਪਾਂ ਛੱਡੋ, ਉਹ ਆਪ ਹੀ ਮਾਰਗ ਪਾਵਨ ਹਾਰ ਹੈ, ਆਪ ਹੀ ਮਿਹਰ ਕਰਦਾ ਹੈ, ਅਸੀਂ ਉਹਦੀ ਸ਼ਰਨ ਵਿੱਚ ਪੈ ਜਾਈਏ। ਬਸ ਇਹ ਆਖੀਏ ਪਾਤਸ਼ਾਹ, ਭੁੱਲੇ ਹਾਂ ਚੁੱਕੇ ਹਾਂ ਤੇਰੇ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ, ਨੀਕੋ ਠਾਕੁਰ ਮਿਹਰ ਕਰ ਦਿਓ ਸਾਡੇ, ਮਿਹਰ ਕਰ ਦਿਓ। ਹੋਰ ਚਤੁਰਾਈਆਂ ਚਲਾਕੀਆਂ ਨਾਲ ਬਾਤ ਨਹੀਂ ਬਣਨੀ। ਨਾਮ ਰਤੇ ਗੁਰ ਪੂਰੇ ਰਾਖੇ, ਨਾਨਕ ਸਹਿਜ ਸੁਭਾਏ। ਨਾਮ ਰਤੇ, ਨਾਮ ਦੇ ਮੰਮੇ ਨੂੰ ਸਿਹਾਰੀ, ਜਿਹੜੇ ਨਾਮ ਦੇ ਵਿੱਚ ਰੰਗੇ ਗਏ, ਗੁਰ ਪੂਰੇ ਰਾਖੇ, ਉਹਨਾਂ ਨੂੰ ਗੁਰੂ ਪੂਰੇ ਨੇ ਰੱਖ ਲਿਆ, ਬਚਾ ਲਿਆ, ਉਹ ਇਹਨਾਂ ਸਾਰੀਆਂ ਸੰਸਥਾ ਆ ਜੋ ਕੁਝ ਬਿਆਨ ਕੀਤਾ ਇਹਨਾਂ ਕਸ਼ਟਾਂ ਤੋਂ ਬਚ ਗਏ, ਔਰ ਉਹ ਆਪਣੇ ਜੀਵਨ ਵਿੱਚ ਹੀ ਸੱਚੇ ਨਾਲ ਸਮਾ ਗਏ। ਕਿਵੇਂ? ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰ। ਹੁਣ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅਖੀਰਲੀਆਂ ਪੰਕਤੀਆਂ ਸ਼੍ਰਵਣ ਕਰ ਲਓ ਜੀ। ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ, ਨਾਮ ਰਤੇ ਗੁਰ ਪੂਰੇ ਰਾਖੇ, ਨਾਨਕ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।